ਕਾਂਗਰਸ, ਭਾਜਪਾ ਅਤੇ ਹੁਣ ਆਮ ਆਦਮੀ ਪਾਰਟੀ ਵੱਲੋਂ ਵੀ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ। ਇਸ ਮੈਨੀਫੈਸਟੋ ਨੂੰ ਕੰਪੇਨ ਕਮੇਟੀ ਦੇ ਮੁਖੀ ਅਮਨ ਅਰੋੜਾ ਦੇ ਵੱਲੋਂ ਜਾਰੀ ਕੀਤਾ ਗਿਆ। ਕਾਬਲੇ ਜ਼ਿਕਰ ਹੈ ਕਿ ਇਸ ਦੀ ਖਾਸ ਗੱਲ ਇਹ ਹੈ ਕਿ ਇਸ ਚੋਣ ਮਨੋਰਥ ਪੱਤਰ ਦਾ ਨਾਮ ਨਹੀਂ ਝੂਠੇ ਵਾਅਦੇ ਸਿਰਫ ਪੱਕੇ ਇਰਾਦੇ ਦਾ ਨਾਰਾ ਦਿੱਤਾ ਗਿਆ। ਦੱਸ ਦੇ ਕਿ ਮੈਨੀਫੈਸਟੋ ਦੇ ਵਿੱਚ ਕਿਸਾਨਾਂ, ਵਪਾਰੀਆਂ ਅਤੇ ਨੌਜਵਾਨਾਂ ਦੇ ਨਾਲ ਵੱਡੇ ਵੱਡੇ ਵਾਅਦੇ ਕੀਤੇ ਗਏ ਨੇ। ਨਾਲ ਹੀ ਨਸ਼ਿਆਂ ਤੋਂ ਨਿਜਾਤ ਦਿਵਾਉਣ ਦੇ ਲਈ ਸਪੈਸ਼ਲ ਪੈਕੇਜ ਲਿਆਉਣ ਦਾ ਵੀ ਵਾਅਦਾ ਕੀਤਾ ਗਿਆ। ਆਓ ਜਾਣਦੇ ਹਾਂ ਕਿਹੜੇ ਨੇ ਉਹ 11 ਵਾਅਦੇ ਜੋ ਕਿ ਪੰਜਾਬ ਦੇ ਲਈ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਨੇ। ਜੇਕਰ ਪਹਿਲੇ ਵਾਅਦੇ ਦੀ ਗੱਲ ਕਰੀਏ ਤਾਂ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਨ ਦੀ ਗੱਲ ਆਖੀ ਗਈ ਹੈ। ਦੂਸਰੇ ਪਾਸੇ ਕਿਸਾਨਾਂ ਦੇ ਵਿਕਾਸ ਲਈ ਭਾਰਤ ਸਰਕਾਰ ਤੇ ਦਬਾਅ ਬਣਾਉਣ ਦੀ ਗੱਲ ਆਖੀ ਗਈ ਹੈ। ਵਪਾਰੀਆਂ ਨੂੰ ਮਿਲਣ ਵਾਲੀਆਂ ਰਿਆਇਤਾਂ ਹਰ ਥਾਂ ਇੱਕ ਸਮਾਨ ਕਰਵਾਈਆਂ ਜਾਣਗੀਆਂ। ਅੰਮ੍ਰਿਤਸਰ ਕੋਲਕਾਤਾ ਕੋਰੀਡੋਰ ਨੂੰ ਪੂਰਾ ਕੀਤਾ ਜਾਵੇਗਾ। GST ਦੀਆਂ ਵੱਧ ਦਰਾਂ ਘੱਟ ਕਰਵਾਈਆਂ ਜਾਣਗੀਆਂ। ਨੌਜਵਾਨਾਂ ਨੂੰ ਨੌਕਰੀ ਲਈ ਵੱਖ ਵੱਖ ਉਦਯੋਗ ਖੋਲ੍ਹੇ ਜਾਣਗੇ। ਕੈਂਸਰ ਪੀਲੀਆ ਲਈ PGI ਬਣਾਇਆ ਜਾਵੇਗਾ ਅਤੇ ਹਰ ਇੱਕ ਵੱਡੀ ਬਿਮਾਰੀ ਦਾ ਇਲਾਜ ਮੁਫ਼ਤ ਹੋਵੇਗਾ। IIT, IIM ਯੂਨੀਵਰਸਿਟੀ ਲੈ ਕੇ ਆਉਣਗੇ ਆਮ ਆਦਮੀ ਪਾਰਟੀ ਵਾਲੇ। ਵਾਤਾਵਰਨ ਅਤੇ ਪਾਣੀ ਨੂੰ ਬਚਾਉਣ ਦੇ ਲਈ 5.5 PM ਸਪੈਸ਼ਲ ਪੈਕੇਜ ਲੈ ਕੇ ਆਉਣਗੇ। ਨਸ਼ਿਆਂ ਤੋਂ ਨਿਜਾਤ ਦਿਵਾਉਣ ਦੇ ਲਈ ਵੀ ਸਪੈਸ਼ਲ ਪੈਕੇਜ ਲਿਆਇਆ ਜਾਵੇਗਾ ਅਤੇ MP ਫੰਡਾਂ ਦਾ ਸਹੀ ਇਸਤੇਮਾਲ ਕੀਤਾ ਜਾਵੇਗਾ। ਇਹ 11 ਵਾਅਦੇ ਨੇ ਜੋ ਕਿ ਪੰਜਾਬ ਦੀ ਜਨਤਾ ਨਾਲ ਕੀਤੇ ਗਏ ਨੇ ਅਤੇ ਪੰਜਾਬ ਦੀ ਜਨਤਾ ਨੂੰ ਲੁਭਾਉਣ ਦੀ ਆਮ ਆਦਮੀ ਪਾਰਟੀ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਜਿਹੜੀ ਸਾਡੀ ਕਮਿਟਮੈਂਟ ਹੈ, ਜਿਹੜਾ ਸਾਡਾ ਰੋਡ ਮੈਪ ਹੈ, ਉਹ ਇਸ ਦੇ ਵਿੱਚ ਸਾਡੀ ਵਿਜ਼ਨ ਹੈ ਜਿਹੜੀ ਉਹ ਝਲਕ ਰਹੀ ਹੈ। ਇਹਦੇ 'ਚ ਅਸੀਂ ਕੋਈ ਨਰਿੰਦਰ ਮੋਦੀ ਜੀ ਵਾਂਗੂ ਜੁਮਲੇ ਲੈ ਕੇ ਨਹੀਂ ਆਏ ਹੈਗੇ, ਕੋਈ ਕੈਪਟਨ ਅਮਰਿੰਦਰ ਸਿੰਘ ਵਾਂਗੂ ਅਸੀਂ ਝੂਠੀਆਂ ਸੋਹਾਂ ਲੈ ਕੇ ਨਹੀਂ ਆਏ ਹੈਗੇ। ਮਕਸਦ ਹੈ ਨਹੀਂ ਝੂਠੇ ਵਾਅਦੇ, ਸਿਰਫ ਪੱਕੇ ਇਰਾਦੇ। ਜੋ ਸਾਡੇ MPs ਦਾ, ਜੋ ਸਾਡੀ ਪਾਰਟੀ ਦਾ, ਜਿਸ ਦੇ ਉੱਪਰ ਉਹ ਦਿਨ ਰਾਤ ਪਹਿਰਾ ਦੇਣਗੇ, ਉਹਦੇ ਜਿਹੜੇ ਬੇਸਿਕ ਜੇ ਪੁਆਇੰਟ ਨੇ ਉਹ ਮੈਂ ਤੁਹਾਨੂੰ ਦੱਸਣਾ ਚਾਹੂੰਗਾ। ਇਹ 11 ਪੁਆਇੰਟ ਦਾ ਮੈਨੀਫੈਸਟੋ ਹੈ ਜਿਹੜਾ ਅੱਜ ਅਸੀਂ ਆਮ ਆਦਮੀ ਪਾਰਟੀ ਪੰਜਾਬ ਯੂਨਿਟ ਹੈ ਜਿਹੜਾ ਉਹ ਰਿਲੀਜ਼ ਕਰ ਰਿਹਾ ਹੈ। ਔਰ ਇਹਦੇ ਵਿੱਚ ਇਹ ਹੋ ਸਕਦਾ ਕਿ ਕੁਛ ਮੀਡੀਆ ਦੇ ਸਾਥੀਆਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਇਹ ਕੋਈ ਬਹੁਤ ਮਸਾਲੇਦਾਰ ਨਾ ਲੱਗੇ, ਇਹ ਕੋਈ ਬਹੁਤ ਵਜ਼ਨਦਾਰ ਨਾ ਲੱਗੇ, ਕਿਉਂਕਿ ਅਨਫੋਰਚੁਨੇਟਲੀ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਲੰਬੇ ਸਮੇਂ ਤੋਂ ਉਹੀ ਚੀਜ਼ਾਂ ਬਿਠਾ ਦਿੱਤੀਆਂ ਜਾਂਦੀਆਂ ਰਹੀਆਂ ਨੇ ਜਿਹੜੀਆਂ ਕਿ ਅੱਜ ਤੱਕ ਨਾ ਕਾਂਗਰਸ, ਨਾ ਅਕਾਲੀ ਦਲ, ਨਾ BJP ਜਿਨ੍ਹਾਂ ਨੇ ਕਦੇ ਇਲੈਕਸ਼ਨਾਂ ਲੜਦੇ ਸੀ ਉਹਨਾਂ ਮੁੱਦਿਆਂ ਦੇ ਉੱਪਰ ਮੁੜ ਕੇ ਵਿਸਾਰ ਦਿੰਦੇ ਸੀਗੇ, ਛੱਡ ਦਿੰਦੇ ਸੀਗੇ ਤੇ ਠੰਡੇ ਬਸਤੇ ਚ ਪਾ ਦਿੰਦੇ ਸੀ, 4.5-5 ਸਾਲ ਮਗਰੋਂ ਦੁਬਾਰਾ ਕੱਢ ਲੈਂਦੇ ਸੀਗੇ। ਉਹਨਾਂ ਮੁੱਦਿਆਂ ਦਾ ਮੈਂ ਸਮਝਦਾ ਕਿ ਫਾਇਦਾ ਉਹ ਲੋਕ ਲੈਂਦੇ ਰਹੇ, ਪਰ ਅਸਲ ਮੁੱਦੇ ਸੀ ਜਿਹੜੇ ਉਹ ਇਹਨਾਂ ਪਾਰਟੀਆਂ ਨੇ ਵਿਸਾਰ ਦਿੱਤੇ। ਸਾਡੇ ਜਿਹੜੇ ਮੇਨ ਸਾਡਾ ਐਮਫੈਸਿਸ ਹੋਊਗਾ ਉਹ ਮੈਂ ਤੁਹਾਨੂੰ ਸਾਰੇ ਪੁਆਇੰਟਸ, ਜਿਹੜੇ ਸਭ ਤੋਂ ਪਹਿਲਾਂ ਤਾਂ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਨੂੰ ਲਾਗੂ ਕਰਾਉਣ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਕੋਈ ਕਸਰ ਨਹੀਂ ਛੱਡਣਗੇ। ਸਵਾਮੀਨਾਥਨ ਕਮਿਸ਼ਨ ਦੇ ਉੱਪਰ ਸਾਰੀਆਂ ਪਾਰਟੀਆਂ ਵੋਟਾਂ ਲੈਂਦੀਆਂ ਰਹੀਆਂ, ਜਿਹਦੇ ਵਿੱਚ ਹੈ ਕਿ ਲਾਗਤ ਦਾ 1.5 ਗੁਣਾ ਮੁੱਲ ਹੈ ਜਿਹੜਾ ਉਹ ਕਿਸਾਨ ਭਰਾਵਾਂ ਨੂੰ ਮਿਲਣਾ ਚਾਹੀਦਾ। ਔਰ ਦਿੱਲੀ ਦੇ ਵਿੱਚ ਅਸੀਂ ਇਹ ਇੰਪਲੀਮੈਂਟ ਕਰ ਚੁੱਕੇ, ਜਿੱਥੇ ਪੰਜਾਬ ਦੇ ਵਿੱਚ 1840 ਰੁਪਏ ਰੇਟ ਮੁੱਲ ਮਿਲਦਾ ਕਣਕ ਦਾ, ਉੱਥੇ 2616 ਰੁਪਏ ਮਿਲਦਾ। ਦਿੱਲੀ ਗਵਰਨਮੈਂਟ ਨੇ ਆਪਦੇ ਕੋਲੋਂ 100 ਕਰੋੜ ਦੀ ਪ੍ਰੋਵੀਜ਼ਨ ਕਰ ਦਿੱਤੀ ਹੈ ਬਜਟ ਦੇ ਵਿੱਚ, ਤੇ ਇਸ ਸਾਲ ਤੋਂ ਮਿਲਣਾ ਸ਼ੁਰੂ ਹੋ ਜਾਏਗਾ। ਸੋ ਇਹ ਪਹਿਲਾ ਪੁਆਇੰਟ ਹੈ ਸਾਡੇ, ਸਾਡੀ ਕਮਿਟਮੈਂਟ ਹੈ ਪੰਜਾਬ ਦੇ ਲੋਕਾਂ ਦੇ ਨਾਲ। ਹੁਣ ਦੇਖਣਾ ਇਹ ਹੋਵੇਗਾ ਕਿ ਤਿੰਨੋਂ ਹੀ ਪਾਰਟੀਆਂ ਨੇ ਆਪਣੇ ਆਪਣੇ ਮੈਨੀਫੈਸਟੋ ਜਾਰੀ ਕਰ ਦਿੱਤੇ ਨੇ ਅਤੇ ਵੱਡੇ ਵੱਡੇ ਵਾਅਦੇ ਆਮ ਜਨਤਾ ਨਾਲ ਕੀਤੇ ਨੇ, ਪਰ ਲੋਕ ਕਿਹਨਾਂ ਦੇ ਵਾਅਦਿਆਂ ਤੇ ਯਕੀਨ ਕਰੇਗੀ ਅਤੇ ਕਿਸ ਨੂੰ ਸਰਤਾਜ ਬਣਾਵੇਗੀ, ਇਸ ਦਾ ਫੈਸਲਾ ਤਾਂ ਵੋਟਾਂ ਦੇ ਰਿਜ਼ਲਟ ਤੋਂ ਬਾਅਦ ਹੀ ਆਵੇਗਾ ਕਿ ਆਖਰ ਜਨਤਾ ਕੀ ਚਾਹੁੰਦੀ ਹੈ।